ਸਾਰੀ ਸੰਗਤਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਕਿ ਬਾਦਲ ਪਰਿਵਾਰ ਨੂੰ ਵੋਟ ਨਾ ਪਾਓ, ਭਾਵੇਂ ਹੋਰ ਕਿਸੇ ਕਾਲੇ ਚੋਰ ਨੂੰ ਭਾਵੇਂ ਵੋਟ ਪਾ ਦਿਓ। ਥਾਂ ਥਾਂ 'ਤੇ ਘੇਰਿਆ ਜਾ ਰਿਹਾ, ਥਾਂ ਥਾਂ 'ਤੇ ਇਹਨੂੰ ਜੁੱਤੀਆਂ ਪੈਂਦੀਆਂ ਨੇ। ਜੇ ਮੈਂ ਹੁਣ ਸੁਖਵੀਰ ਬਾਦਲ ਕਹਿੰਦਾ ਵੀ ਜਿਹਨਾਂ ਨੇ ਬੇਅਦਬੀਆਂ ਕਰਾਈਆਂ ਨੇ ਉਹਨਾਂ ਦਾ ਕੱਖ ਵੀ ਨਾ ਰਹੇ, ਫਿਰ ਉੱਥੇ ਦਰਬਾਰ ਸਾਹਿਬ ਜਾ ਕੇ ਜੁੱਤੇ ਸਾਫ਼ ਕਰਦਾ, ਭਾਂਡੇ ਮਾਂਜਦਾ, ਜਿਹਨਾਂ ਨੇ ਕੁਛ ਕੀਤਾ ਹੀ ਨਹੀਂ, ਫਿਰ ਉੱਥੇ ਜਾ ਕੇ ਭਾਂਡੇ ਮਾਂਜਣ ਦੀ ਕੀ ਲੋੜ ਸੀ, ਇਹਨਾਂ ਨੂੰ ਜੁੱਤੀਆਂ ਸਾਫ਼ ਕਰਨ ਦੀ ਕੀ ਲੋੜ ਸੀ, ਸਾਰਾ ਪਰਿਵਾਰ ਜਾ ਕੇ ਉੱਥੇ ਦਰਬਾਰ ਸਾਹਿਬ, ਜੇ ਇਹ ਦੋਸ਼ੀ ਨੇਗੇ ਤਾਂ ਜਾ ਕੇ ਉੱਥੇ ਭਾਂਡੇ ਮਾਂਜ ਕੇ ਨੇ, ਜੁੱਤੀਆਂ ਸਾਫ਼ ਕਰਕੇ ਆਏ ਨੇ, ਅੱਜ ਇਹ ਕਹਿੰਦੇ ਨੇ ਕੱਖ ਨਾ ਰਹੇ। ਸੌਦਾ ਸਾਧ ਨੂੰ ਤੁਸੀਂ ਮਾਫ਼ ਕਰਵਾਇਆ, ਜਥੇਦਾਰਾਂ ਨੂੰ ਕੋਠੀ ਦੇ ਵਿੱਚ ਬੁਲਾ ਕੇ ਸਾਨੂੰ ਜਵਾਬ ਚਾਹੀਦਾ, ਇਹਨਾਂ ਦੇ ਕੋਲ ਕੋਈ ਜਵਾਬ ਨਹੀਂ, ਇਹ ਕਹਿੰਦੇ ਨੇ ਇਲੈਕਸ਼ਨਾਂ ਦਾ ਸਮਾਂ, ਬਾਅਦ ਦੇ ਵਿੱਚ ਗੱਲ ਕਰਾਂਗੇ, ਬਾਅਦ ਦੇ ਵਿੱਚ ਕਿਹਦੀਆਂ ਗੱਲਾਂ ਕਰਨੀਆਂ ਨੇ। ਚੋਣਾਂ ਦਾ ਜਿਹੜਾ ਮਾਹੌਲ ਹੈ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ, ਉੱਥੇ ਹੀ ਜਿਹੜਾ ਕਈ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰਨ ਦੇ ਲਈ ਸਿੱਖ ਜਥੇਬੰਦੀਆਂ ਵੱਲੋਂ ਵੀ ਆਪਣੀਆਂ ਸਰਗਰਮੀਆਂ ਨੇ ਜਿਹੜੀਆਂ ਉਹ ਦਿਖਾਈਆਂ ਜਾ ਰਹੀਆਂ ਨੇ। ਅੱਜ ਜਿਹੜਾ ਬੇਅਦਬੀਆਂ ਦੇ ਮਾਮਲੇ ਦੇ ਉੱਪਰ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ, ਕੁਛ ਜਿਹੜੀਆਂ ਸਿੱਖ ਜਥੇਬੰਦੀਆਂ, ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ ਰੋਸ ਮਾਰਚ ਹੈਗਾ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਖੋ ਵੱਖ ਸ਼ਹਿਰਾਂ ਵਿੱਚ ਦੀ, ਵੱਖੋ ਵੱਖ ਪਿੰਡਾਂ ਦੇ ਵਿੱਚ ਦੀ ਕੱਢਿਆ ਜਾ ਰਿਹਾ। ਸਿੱਖ ਜਥੇਬੰਦੀਆਂ ਦੇ ਕੁਛ ਆਗੂ ਸਾਡੇ ਨਾਲ ਹੈਗੇ ਨੇ, ਉਹਨਾਂ ਤੋਂ ਜਾਣਾਂਗੇ ਕਿਸ ਤਰ੍ਹਾਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ। ਅਕਾਲੀ ਦਲ ਦਾ ਕਾਲੀਆਂ ਝੰਡੀਆਂ ਤੁਸੀਂ ਦੇਖ ਰਹੇ ਹੋ, ਕਾਲੀਆਂ ਝੰਡੀਆਂ ਦੇ ਨਾਲ ਅਕਾਲੀ ਦਲ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਜੀ, ਕਿਸ ਤਰ੍ਹਾਂ ਦਾ ਜਿਹੜਾ ਵਿਰੋਧ ਹੈ, ਤੁਸੀਂ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਇਸ ਵਿਰੋਧ ਨੂੰ, ਕੀ ਮੁੱਦਾ ਹੈਗਾ? ਇੱਥੇ ਸੰਗਰੂਰ ਦੇ ਇਲਾਕੇ ਦੇ ਵਿੱਚ, ਸਾਰੇ ਇਲਾਕੇ ਦੇ ਵਿੱਚ ਜਾਊਗਾ ਰੋਸ ਹੈ, ਜਿਹੜਾ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਕੀ ਹੁੰਦਾ ਹੋਇਆ, ਜੋ ਕਿ ਬਾਦਲ ਨੇ ਰਾਜ ਦੇ ਵਿੱਚ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਿਹੱਥੇ ਸਿੰਘਾਂ ਦੇ ਉੱਤੇ ਜਿਹੜਾ ਹਮਲਾ ਕੀਤਾ, ਦੋ ਸਿੰਘ ਸ਼ਹੀਦ ਕਰ ਦਿੱਤੇ ਉਹਨਾਂ ਦਾ ਨਾ ਇਨਸਾਫ ਮਿਲਣ ਕਾਰਨ ਕਰਕੇ, ਹੋਰ ਵੀ ਅਨੇਕਾਂ ਹੀ ਥਾਵਾਂ 'ਤੇ ਬੇਦਬੀਆਂ ਹੋਈਆਂ, ਕਿਉਂਕਿ ਅੱਜ ਦਾ ਨਹੀਂ ਬਾਦਲ ਇਹ ਬਹੁਤ ਹੀ ਪੁਰਾਣਾ ਹੈ, ਯਾਨੀ ਕਿ ਸਿੱਖ ਕੌਮ ਦਾ ਦੁਸ਼ਮਣ, ਜਿਹੜਾ 1978 ਤੋਂ ਲੈ ਕਰਕੇ ਸਿੱਖ ਕੌਮ ਦਾ ਬਹੁਤ ਹੀ ਜ਼ਿਆਦਾ ਖੂਨ ਦਾ ਪਿਆਸਾ ਹੈ, ਅੱਜ ਵੀ ਇਹਦੀ ਪਿਆਸ ਨਹੀਂ ਬੁਝੀ, ਸਿੱਖ ਕੌਮ ਦਾ ਬਹੁਤ ਹੀ ਜ਼ਿਆਦਾ ਖੂਨ ਪੀ ਜਾਂਦਾ। ਸਾਰੀ ਸੰਗਤਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਕਿ ਬਾਦਲ ਪਰਿਵਾਰ ਨੂੰ ਵੋਟ ਨਾ ਪਾਓ, ਭਾਵੇਂ ਹੋਰ ਕਿਸੇ ਕਾਲੇ ਚੋਰ ਨੂੰ ਭਾਵੇਂ ਵੋਟ ਪਾ ਦਿਓ। ਨਹੀਂ, ਇਹ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ, ਸਿਰਫ ਬਾਦਲ ਪਰਿਵਾਰ ਦੇ ਹੀ ਖਿਲਾਫ ਵਿਰੋਧ ਕਰ ਰਹੇ ਹੋ? ਅਸੀਂ ਬਾਦਲ ਪਰਿਵਾਰ ਦੇ ਖਿਲਾਫ ਕਰਿਆ, ਪਰ ਕੈਪਟਨ ਸਰਕਾਰ ਨੇ ਆਪਣੇ ਰਾਜ ਦੇ ਵਿੱਚ ਸਾਨੂੰ ਇਨਸਾਫ ਨਹੀਂ ਦਿੱਤਾ। ਕੈਪਟਨ ਨੇ ਵੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕਰਕੇ ਸਿੱਖ ਕੌਮ ਦੇ ਨਾਲ ਇੱਕ ਦਰੋਹ ਕਮਾਇਆ ਹੈ, ਇਸ ਕਰਕੇ ਉਹਦਾ ਵੀ ਅਸੀਂ ਵਿਰੋਧ ਕਰਦੇ ਹਾਂ। ਨਹੀਂ, ਉੱਧਰ ਜੇ ਆਪਾਂ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਇਹਨਾਂ ਨੂੰ ਜਿਹੜਾ ਹੈਗਾ ਕਲੀਨ ਚਿੱਟ ਦੇ ਦਿੱਤੀ ਹੈ, ਜਿਹੜੀ 3 ਵਾਰ ਸਿੱਟਾਂ ਬਣ ਗਈਆਂ, 3 ਵਾਰ ਬਾਦਲ ਪਰਿਵਾਰ ਸਾਰਾ ਦੋਸ਼ੀ ਠਹਿਰਾ ਹੈ। ਕਵਰ ਵਿਜੈ ਪ੍ਰਤਾਪ ਦੀ ਹੁਣ ਬਦਲੀ ਕਿਉਂ ਕਰਵਾਈ ਉਹਨਾਂ ਨੇ? ਜੇ ਉਹ ਸਾਫ਼ ਹੀ ਸੱਚੇ ਹੀ, ਫਿਰ ਉਹ ਪੇਸ਼ ਹੁੰਦੇ, ਫਿਰ ਉਹਨਾਂ ਨੂੰ ਬਦਲੀ ਕਿਉਂ ਕਰਵਾਉਣੀ ਪਈ?
ਜਿਸ ਕਰਕੇ ਕਾਰਨ ਕਿ ਇਹ ਪੰਥ ਦੇ ਵਿੱਚ ਮੁਖੋਟਾ ਜਿਹੜਾ ਪੰਥ ਦਾ ਪਾਇਆ ਉਹ ਲੈ ਗਿਆ, ਇਹ ਸਾਰਾ ਸਾਹਮਣੇ ਆ ਗਿਆ ਸਾਰਾ ਸਭ ਤੋਂ ਜ਼ਿਆਦਾ ਪਰਿਵਾਰ ਦੋਸਤ। ਨਹੀਂ ਪਰ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਜਿਸ ਨੇ ਬੇਅਦਬੀ ਕੀਤੀ ਹੈ ਉਹਦਾ ਕੱਖ ਨਾ ਬਚੇ, ਉਹਦਾ ਸਾਰਾ ਪਰਿਵਾਰ ਆ ਜਿਹੜਾ ਖਤਮ ਹੋ ਜਾਏ। ਇਹ ਤਾਂ ਬਹੁਤ ਲਾਰੇ ਲਾਉਂਦੇ ਨੇ ਝੂਠੇ, ਇਹਨਾਂ ਇਹਦਾ ਰਹਿਣਾ ਵੀ ਕੱਖ ਨਹੀਂ, ਇਹਦਾ ਇਹ ਗੱਲ ਸੱਚੀ ਹੈ ਇਹਦੀ, ਇਹਦਾ ਰਹਿਣਾ ਵੀ ਕੱਖ ਨਹੀਂ। ਹੁਣ ਤੁਸੀਂ ਵੇਖ ਲਓ ਕਿੱਥੋਂ ਐਸੋ ਆਰਾਮ ਤੋਂ ਤਾਂ ਕਿੱਥੇ ਆ ਰਿਹਾ ਹੈ, ਥਾਂ ਥਾਂ 'ਤੇ ਘੇਰਿਆ ਜਾ ਰਿਹਾ, ਥਾਂ ਥਾਂ 'ਤੇ ਇਹਨੂੰ ਜੁੱਤੀਆਂ ਪੈਂਦੀਆਂ ਨੇ। ਹੁਣ ਪਿੱਛੇ ਸੀ ਜਦੋਂ ਸੰਗਰੂਰ ਦੇ ਵਿੱਚ ਆਇਆ ਆਹ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਅਤੇ ਅਨੇਕਾਂ ਹਿੱਸਿਆਂ ਦੇ ਉੱਤੇ 357 ਦੇ ਨਜਾਇਜ਼ ਪਰਚੇ ਕੀਤੇ ਇਹਨਾਂ ਨੇ ਸੰਗਰੂਰ ਦੇ ਵਿੱਚ। ਨਹੀਂ ਉਹਨਾਂ ਦੇ ਵੱਲੋਂ ਤਾਂ ਇਹ ਵੀ ਕਹਿ ਰਿਹਾ ਕਿ ਕਹਿੰਦੇ ਕਿ ਵੀ ਜਿਹੜੀ ਸਿਆਸੀ ਰੋਟੀਆਂ ਨੇ ਵੀ ਉਹ ਸੇਕੇ ਜਾ ਰਹੇ ਨੇ, ਕੁਛ ਰਾਜਨੀਤਿਕ ਲੋਕਾਂ ਨੇ ਜਿਹੜੇ ਹੈਗੇ ਨੇ ਵੀ ਆਪਣੀਆਂ ਟੀਮਾਂ ਬਣਾ ਕੇ ਉਹ ਛੱਡੇ ਹੋਏ ਨੇ ਅਕਾਲੀ ਦਲ ਦਾ ਵਿਰੋਧ ਕਰਨ ਵਾਸਤੇ। ਉਹਨਾਂ ਨੇ ਕਿਹਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੇ ਵੀ ਕੱਖ ਨਾ ਬਚੇ। ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਉਹਦੇ ਇਰਾਦੇ ਵਿੱਚੋਂ ਹੀ ਹੈ ਨਾ, ਉਹਨਾਂ ਨੇ ਕੁਛ ਵੀ ਨਹੀਂ ਕੀਤਾ, ਕੋਈ ਦੋਸ਼ੀ ਫੜਿਆ ਵਾ ਕੋਈ ਕਿਸੇ ਪ੍ਰਕਾਰ ਦੀ ਨੇ ਹੱਥੇ ਪੁਲਿਸ ਵਾਲਾ ਮਤਲਬ ਸਿੰਘਾਂ ਦੇ ਉੱਤੇ ਵਾਰ ਕੀਤੇ, ਬਾਅਦ ਦੇ ਵਿੱਚ ਕਹਿ ਦਿੱਤਾ ਕਿ ਪੁਲਿਸ ਅਣਪਛਾਤੀ ਹੈ, ਪੁਲਿਸ ਵਾਲਿਆਂ ਨੇ ਆਪਣੀ ਗੱਡੀਆਂ 'ਚ ਵਿੱਚ ਗੋਲੀਆਂ ਆਪ ਮਾਰਨੀਆਂ। ਫਿਰ ਬਾਅਦ ਦੇ ਵਿੱਚ ਹੁਣ ਅੰਦਰ ਗਿਆ ਪਰਮਰਾਜ ਆਈ ਜੀ ਹੋਰ ਚਰਨਜੀਤ ਸਿੰਘ SSP ਇਹ ਅੰਦਰ ਗਏ, ਬਾਦਲ ਪਰਿਵਾਰ ਦੋਸ਼ੀ ਹੈ ਇਹਦੇ ਵਿੱਚ ਬਾਦਲ। ਹਾਂਜੀ ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਜਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ, ਮਾਰਚ ਕਰ ਰਹੇ ਹੋ, ਰੋਸ ਮਾਰਚ ਕਰ ਰਹੇ ਹੋ, ਬੜੇ ਸ਼ਾਂਤੀ ਤਰੀਕੇ ਨਾਲ ਕਰ ਰਹੇ ਹੋ, ਲੋਕਾਂ ਦੇ ਵਿੱਚ ਕੀ ਤੁਸੀਂ ਲੈ ਕੇ ਜਾ ਰਹੇ ਹੋ? ਅਸੀਂ ਲੋਕਾਂ ਨੂੰ ਇਸ ਮੁੱਦੇ 'ਤੇ ਅਵੇਅਰ ਕਰਨਾ ਚਾਹੁੰਦੇ ਹਾਂ, ਇਹਨਾਂ ਨੇ ਦੁਬਾਰੇ ਫਿਰ ਬਦਲ ਕੇ ਬਰਗਲ ਲਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਵੋਟਾਂ ਦਾ ਜਿਹੜਾ ਲਾਹਾ ਲੈਣਾ ਚਾਹੁੰਦੇ ਨੇ। ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਇਹ ਕਾਫਲਾ ਲੈ ਕੇ ਚੱਲਿਆ, ਰੋਸ ਮਾਰਚ ਲੈ ਕੇ ਚੱਲਿਆ ਵੀ ਜਿਹੜੀਆਂ ਬੇਅਦਬੀਆਂ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਹੋਈਆਂ ਨੇ ਵੀ ਦੋਸ਼ੀ ਹੈ ਬਾਦਲ ਪਰਿਵਾਰ। ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਸਿੱਧ ਹੋ ਚੁੱਕਿਆ, ਵਿਧਾਨ ਸਭਾ ਦੇ ਵਿੱਚ ਸਾਰਾ ਰੌਲਾ ਪਿਆ। ਸਿਰਫ ਬਾਦਲ ਬਾਦਲ ਨੂੰ ਕਿਉਂ ਘੇਰੇ ਯਾਰ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਕਾ ਤੇ ਉਹ ਵੀ ਤਾਂ ਬੇਅਦਬੀ ਹੈ। ਅਸੀਂ ਉਹ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਜਿੰਨਾ ਘਾਣ ਸਿੱਖੀ ਦਾ ਇੱਥੋਂ ਤੱਕ ਪਹੁੰਚ ਗਿਆ ਵੀ ਬਾਦਲ ਪਰਿਵਾਰ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜ ਕੇ ਗਲੀਆਂ ਦੇ ਵਿੱਚ ਰੂੜੀਆਂ ਤੇ ਖਿਲਾਰੇ ਗਏ, ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ। ਐਡਾ ਵੱਡਾ ਜਿਹੜਾ ਧਰੋਹ ਕੌਮ ਦੇ ਨਾਲ ਬਾਦਲ ਪਰਿਵਾਰ ਨੇ ਬਾਦਲ ਸਰਕਾਰ ਨੇ ਕਮਾਇਆ, ਅੱਜ ਤੱਕ ਇਹ ਹੋਇਆ ਹੀ ਨਹੀਂ। ਸਿੱਖ ਕੌਮ ਦੇ ਜਿਹੜੇ ਹਿਰਦੇ ਨੇ ਉਹ ਲਹੂ ਲਹਾਣ ਕੀਤੇ ਪਏ। ਜਿਹੜੀਆਂ ਇਹ ਘਟਨਾਵਾਂ ਹੋਈਆਂ ਬੜੀਆਂ ਮੰਦਭਾਗੀਆਂ ਘਟਨਾਵਾਂ ਨੇ, ਅਸੀਂ ਵੀ ਮੰਨਦੇ ਇਸ ਚੀਜ਼ ਨੂੰ। ਜਿਸ ਤਰ੍ਹਾਂ ਕਿ ਮੰਨ ਲਓ ਆਪਾਂ ਗੱਲ ਕਰ ਲਈਏ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹਨਾਂ ਨੇ ਬੇਅਦਬੀ ਕੀਤੀ, ਕਾਂਗਰਸ ਦੇ ਰਾਜ ਦੇ ਵਿੱਚ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਹੈਗੀਆਂ ਨੇ। ਸਿਆਸੀ ਲੀਡਰਾਂ ਦਾ ਕੋਈ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ, ਇਹ ਕੁਛ ਵੀ ਕਰ ਸਕਦੇ ਨੇ। ਜਿਵੇਂ ਹੁਣ ਸੁਖਵੀਰ ਬਾਦਲ ਕਹਿੰਦਾ ਵੀ ਜਿਹਨਾਂ ਨੇ ਬੇਅਦਬੀਆਂ ਕਰਾਈਆਂ ਨੇ ਉਹਨਾਂ ਦਾ ਕੱਖ ਵੀ ਨਾ ਰਹੇ, ਫਿਰ ਉੱਥੇ ਦਰਬਾਰ ਸਾਹਿਬ ਜਾ ਕੇ ਜੁੱਤੇ ਸਾਫ਼ ਕਰਦਾ, ਭਾਂਡੇ ਮਾਂਜਦਾ, ਜਿਹਨਾਂ ਨੇ ਕੁਛ ਕੀਤਾ ਨਹੀਂ ਫਿਰ ਉੱਥੇ ਜਾ ਕੇ ਭਾਂਡੇ ਮਾਂਜਣ ਦੀ ਕੀ ਲੋੜ ਸੀ, ਇਹਨਾਂ ਨੂੰ ਜੁੱਤੀਆਂ ਸਾਫ਼ ਕਰਨ ਦੀ ਕੀ ਲੋੜ ਸੀ? ਸਾਰਾ ਪਰਿਵਾਰ ਜਾ ਕੇ ਉੱਥੇ ਦਰਬਾਰ ਸਾਹਿਬ, ਜੇ ਇਹ ਦੋਸ਼ੀ ਨੇ ਤਾਂ ਜਾ ਕੇ ਉੱਥੇ ਭਾਂਡੇ ਮਾਂਜ ਕੇ ਨੇ, ਜੁੱਤੀਆਂ ਸਾਫ਼ ਕਰਕੇ ਆਏ ਨੇ, ਅੱਜ ਇਹ ਕਹਿੰਦੇ ਨੇ ਕੱਖ ਨਾ ਰਹੇ, ਇਹਨਾਂ ਦਾ ਕੱਖ ਰਹਿਣਾ ਵੀ ਨਹੀਂ ਹੈ, ਆਪਣੇ ਮੂੰਹ ਤੋਂ ਮਹਾਰਾਜ ਦਾ ਆਹਾਰ ਹੈ ਇਹਨਾਂ ਤੋਂ। ਜਿਹੜਾ ਤੁਸੀਂ ਇਹ ਸੰਘਰਸ਼ ਹੈ ਕਿੱਥੇ ਲੈ ਕੇ ਜਾ ਰਹੇ ਹੋ? ਹਾਂਜੀ ਸੰਘਰਸ਼ ਕਿੱਥੇ ਤੱਕ ਲੈ ਕੇ? ਅਸੀਂ ਸੰਘਰਸ਼ ਤਾਂ ਅਸੀਂ ਪੂਰੇ ਵਰਲਡ ਦੇ ਵਿੱਚ ਪੂਰੀ ਕੌਮ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਸਾਡਾ ਇਕੱਲਿਆਂ ਦਾ ਸੰਘਰਸ਼ ਨਹੀਂ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ, ਜਿੰਨੇ ਵੀ ਕੌਮ ਦੇ ਵਾਰਸ ਨੇ, ਸਾਰਿਆਂ ਨੂੰ ਇਹ ਕਰਨਾ ਚਾਹੀਦਾ ਵੀ ਅੱਜ ਜਿਹੜੀ 19 ਤਰੀਕ ਦਾ ਜਿਹੜਾ ਵੋਟਾਂ ਦਾ ਹੈਗਾ ਦਿਨ, ਉਸ ਦਿਨ ਇਹਨਾਂ ਬਾਦਲ ਪਰਿਵਾਰਾਂ ਤੋਂ ਖਹਿੜਾ ਛਡਾਉਣ ਵਾਸਤੇ ਕੌਮ ਦਾ, ਸਾਰੀ ਕੌਮ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਫਤਵਾ ਦੇਣਾ ਚਾਹੀਦਾ, ਇਹਨਾਂ ਨੂੰ ਪੰਜਾਬ ਦੇ ਵਿੱਚੋਂ ਭਜਾ ਦੇਣਾ ਚਾਹੀਦਾ। ਕਿੰਨਾ ਕੁ ਵੱਡਾ ਜਿਹੜਾ ਇਸ ਦੇ ਉੱਪਰ ਫਰਕ ਪਏਗਾ, ਚੋਣਾਂ ਦਾ ਸਮਾਂ ਜਿਹੜਾ ਉਹ ਚੱਲ ਰਿਹਾ, ਕੀ ਸਮਝਦੇ ਹੋ ਵੀ ਕਿੰਨਾ ਵੱਡਾ ਇਫੈਕਟ ਪਏਗਾ ਇਸ ਗੱਲ? ਇਸ ਦੇ ਉੱਤੇ ਵੱਡਾ ਇਫੈਕਟ ਕੀ ਪਏਗਾ? ਤੁਸੀਂ ਦੇਖ ਹੀ ਰਹੋ ਹਰ ਰੋਜ਼ ਇਹਨਾਂ ਦਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ, ਇਹਨਾਂ ਨੂੰ ਭਜਾਇਆ ਜਾ ਰਿਹਾ ਕੌਮ ਦੇ ਵੱਲੋਂ, ਸਿੱਖਾਂ ਦੇ ਵੱਲੋਂ, ਜਿੱਥੇ ਵੀ ਇਹ ਜਾ ਕੇ ਬੋਲਦੇ ਨੇ ਇਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਕਿ ਬੇਅਦਬੀ ਦੇ ਮਸਲੇ ਦੇ ਉੱਤੇ ਸਾਨੂੰ ਜਵਾਬ ਦਿਓ, ਸੌਦਾ ਸਾਧ ਨੂੰ ਤੁਸੀਂ ਮਾਫ਼ ਕਰਵਾਇਆ, ਜਥੇਦਾਰਾਂ ਨੂੰ ਕੋਠੀ ਦੇ ਵਿੱਚ ਬੁਲਾ ਕੇ ਸਾਨੂੰ ਜਵਾਬ ਚਾਹੀਦਾ, ਇਹਨਾਂ ਦੇ ਕੋਲ ਕੋਈ ਜਵਾਬ ਨਹੀਂ, ਇਹ ਕਹਿੰਦੇ ਨੇ ਇਲੈਕਸ਼ਨਾਂ ਦਾ ਸਮਾਂ, ਬਾਅਦ ਦੇ ਵਿੱਚ ਗੱਲ ਕਰਾਂਗੇ, ਬਾਅਦ ਦੇ ਵਿੱਚ ਕਿਹਦੀਆਂ ਗੱਲਾਂ ਕਰਨੀਆਂ ਨੇ। ਹਾਂਜੀ ਵਰਮਾ ਜੀ, ਅੱਜ ਪਹੁੰਚਿਆ ਜਿਹੜਾ ਰੋਸ਼ ਮਾਰਚ
ਮਾਰਚ ਪਹੁੰਚਿਆ ਹੈਗਾ ਰੋਗਲੇ ਦੇ ਵਿੱਚ, ਕਿਸ ਤਰ੍ਹਾਂ ਦਾ ਤੁਸੀਂ ਇਹਨਾਂ ਨੂੰ ਸਮਰਥਨ ਦੇ ਰਹੇ ਹੋ, ਕੀ ਕਹਿਣਾ ਚਾਹੁੰਦੇ? ਸਾਡਾ ਇਸ ਮਾਰਚ ਨੂੰ ਪੂਰਾ ਸਮਰਥਨ ਹੈ। ਅਸੀਂ ਆਉਣ ਵਾਲੇ ਸਮੇਂ 'ਚ, ਆਉਣ ਵਾਲੇ ਦਿਨਾਂ 'ਚ ਕਦੇ ਵੀ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੂੰ ਮੂੰਹ ਨਹੀਂ ਲਾਵਾਂਗੇ। ਔਰ ਜੇ ਕਹੀਏ ਵੀ ਇਹ ਦੋਸ਼ੀ ਨਹੀਂ ਹਨ, ਨਿਰਦੋਸ਼ ਨੇ ਬਾਦਲ ਕੇ, ਤਾਂ ਇਹਨਾਂ ਨੇ ਹੁਣ ਤੱਕ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਹੈ। ਆਪਣੇ ਹੁਕਮਨਾਮੇ ਲਾਗੂ ਕਰਾ ਕੇ ਸੌਦਾ ਸਾਹਿਬ ਤੋਂ ਰੁਪਈਆਂ ਦੀਆਂ ਪੰਡਾਂ ਲੈ ਕੇ ਕਦੇ ਉਹਨੂੰ ਮਾਫ਼ ਕਰ ਦੇਣਾ, ਕਦੇ ਦਰਸ਼ਨ ਡੋੜੀ ਨੂੰ ਆਪਣੇ ਕਾਰ ਸੇਵਾ ਵੱਲੋਂ ਢਹਾ ਦੇਣਾ, ਕਦੇ ਹੋਰ ਅਨੇਕਾਂ ਪ੍ਰਕਾਰ ਦੇ ਨੇ ਪ੍ਰਪੰਚ ਰੱਜ ਕੇ ਹੁਣ ਤੱਕ ਕੌਮ ਦੀ ਪਿੱਠ ਵਿੱਚ ਛੁਰਾ ਮਾਰਦਾ ਆ। ਗੱਲਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਕਹਿ ਰਹੇ ਨੇ ਕਿ ਡੇਰਾ ਪ੍ਰੇਮੀ ਜੋ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਵੀ ਜਲਦ ਹੀ ਬਾਹਰ ਲੈ ਕੇ ਆ ਦਿੰਦਾ ਜਾਵੇਗਾ ਚੋਣਾਂ ਦੇ ਕਰਕੇ। ਜੋ ਮਰਜ਼ੀ ਕਰ ਸਕਦੇ ਨੇ ਇਹ, ਕਿਉਂਕਿ ਇਹਨਾਂ ਦੇ ਹੱਥ ਦੀਆਂ ਗੱਲਾਂ ਨੇ। ਸੈਂਟਰ ਸਰਕਾਰ ਜਿਹੜੀ ਇਹਨਾਂ ਦੀ ਭਾਈਵਾਲ ਪਾਰਟੀ ਹੈ, ਇਸ ਕਰਕੇ ਇਹ ਰਲੇ ਮਿਲੇ ਹੋਏ ਨੇ। ਕਾਂਗਰਸ ਅਤੇ ਅਕਾਲੀ ਆਪਸ ਮੇਂ ਰਲੇ ਮਿਲੇ ਹੋਏ ਨੇ ਤਾਂ ਕਿ ਵਾਰੀ ਵੱਟੇ ਰਾਜ ਭੋਗ ਰਹੇ ਨੇ। ਇਹ ਆਪਣੇ ਸੁੱਖ ਦੇ ਆਪ ਸੁੱਖ ਲੈਣ ਵਾਸਤੇ ਕੌਮ ਨੂੰ ਦੁਬਧਾ ਵਿੱਚ ਪਾ ਰਹੇ ਨੇ। ਕੌਮ ਦੀ ਇਹਨਾਂ ਨੇ ਹੁਣ ਤੱਕ ਹੇਠੀ ਕਰਾਈ ਹੈ, ਪੰਥ ਪਿੱਠ 'ਤੇ ਛੁਰਾ ਮਾਰਦੇ ਰਹੇ ਨੇ। ਸੋ ਇਹ ਸਿੱਖ ਜਥੇਬੰਦੀਆਂ ਦਾ ਇਹੋ ਕਹਿਣਾ ਹੈ ਕਿ ਜਿਹੜੀ ਵੱਡੇ ਪੱਧਰ 'ਤੇ ਇਸ ਰੋਸ ਮਾਰਚ ਨੂੰ ਜਿਹੜਾ ਲੈ ਕੇ ਜਾਇਆ ਜਾਵੇਗਾ, ਔਰ ਇਹਨਾਂ ਦੇ ਵਿੱਚੋਂ ਜਿਹੜਾ ਗੁੱਸਾ ਹੈ ਹਜੇ ਤੱਕ ਕਿਤੇ ਨਾ ਕਿਤੇ ਕਾਫ਼ੀ ਲੰਬੇ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ, ਜਿੱਥੇ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ, ਉੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜੋ ਬੇਅਦਬੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈਗੀ ਹੈ। ਹੁਣ ਜਿਹੜੇ ਚੋਣਾਂ ਦਾ ਮਾਹੌਲ ਹੈ ਪੂਰੀ ਤਰ੍ਹਾਂ ਗਰਮ ਹੈ, ਪਰ ਲੇਕਿਨ ਜੋ ਬੇਅਦਬੀਆਂ ਕਰਨ ਵਾਲੇ ਨੇ ਇਹ ਦੋਸ਼ੀ ਇਹ ਦੱਸ ਰਹੇ ਨੇ ਕਿ ਦੋਸ਼ੀ ਪਾਏ ਜਾਣਗੇ, ਪਰ ਇਹਨਾਂ ਨੂੰ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਵੀ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ। ਸੰਗਰੂਰ ਤੋਂ ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ, ਸੰਗਰੂਰ। ਜਸਮੇਲ ਕੌਰ ਮੇਰਾ ਨਾਂ ਹੈ ਜੀ, ਅਤੇ ਪਿੰਡ ਗੁਲਾਬੇ ਵਾਲੇ ਤੋਂ ਆਏ ਹਾਂ, ਜ਼ਿਲ੍ਹਾ ਮੁਕਤਸਰ ਹੈ। ਅਤੇ ਪਹਿਲਾਂ ਸਾਲ ਹੋ ਗਿਆ ਕੈਂਸਰ ਹੋਏ ਨੂੰ, ਛਾਤੀ ਗਲ ਗਈ ਸੀ ਅਤੇ ਮੁਕਤਸਰ ਦਵਾਈ ਲਈ ਸੀ ਅਸੀਂ, ਨਹੀਂ ਸਾਨੂੰ ਆਰਾਮ ਆਇਆ। ਅਤੇ ਫਿਰ ਰਿਸ਼ਤੇਦਾਰਾਂ ਨੇ ਸਾਨੂੰ ਦੱਸ ਪਾਈ ਹੈ, ਉਹ ਇੱਥੇ ਸਾਨੂੰ ਲੈ ਕੇ ਆਏ ਹੈ। ਇੱਥੋਂ ਦਵਾਈ ਅਸੀਂ 5-6 ਮਹੀਨੇ ਖਾਧੀ ਹੈ ਅਤੇ ਹੁਣ ਅਸੀਂ ਠੀਕ ਹਾਂ ਬਿਲਕੁਲ।